ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ ਤੁਹਾਡਾ ਸਾਰਿਆਂ ਦਾ ਤੁਹਾਡੇ ਆਪਣੇ YouTube ਚੈਨਲ RSP ਇੰਸਟੀਚਿਊਟ ਤੇ। ਸਿੱਖਿਆ ਵਿਭਾਗ ਦੀ ਜੀ ਇੱਕ ਲੇਟੈਸਟ ਅਪਡੇਟ ਲੈ ਕੇ ਹਾਜ਼ਰ ਹੋਏ ਹਾਂ ਜੀ। ਜਿਹੜੀਆਂ ਪਿੱਛੇ ਅਧਿਆਪਕ ਸਾਹਿਬਾਨਾਂ ਦੀਆਂ ਜਿਹੜੀਆਂ ਬਦਲੀਆਂ ਹੋਈਆਂ ਨੇ ਜੀ, ਟ੍ਰਾਂਸਫਰ ਹੋਈਆਂ ਨੇ, ਸੋ ਉਹਦੇ ਰਿਗਾਰਡਿੰਗ ਇਹ ਇੱਕ ਇੱਥੇ ਅਪਡੇਟ ਜਿਹੜੀ ਆ ਜਾਰੀ ਕੀਤੀ ਗਈ ਹੈ। ਨਿਊ ਨੋਟਿਸ ਇਹ ਜਾਰੀ ਕੀਤਾ ਗਿਆ ਵਿਭਾਗ ਵੱਲੋਂ, ਅਤੇ ਨੋਟਿਸ ਸਾਰਾ ਪੜ੍ਹ ਕੇ ਦੱਸਾਂਗੇ ਕਿ ਇਹਦੇ ਵਿੱਚ ਦੱਸਿਆ ਗਿਆ ਹੈ ਜੀ। ਸੋ ਚੱਲਦੇ ਹਾਂ ਸਿੱਧਾ ਨੋਟਿਸ 'ਤੇ। ਅਤੇ ਤੁਸੀਂ ਵੇਖ ਸਕਦੇ ਹੋ ਜੀ, ਦਫ਼ਤਰ ਡਾਇਰੈਕਟਰ ਸਿੱਖਿਆ ਭਰਤੀ ਵਿਭਾਗ ਪੰਜਾਬ ਦਾ ਇਹ ਨੋਟਿਸ ਹੈ, ਅਤੇ ਸਮੂਹ ਜ਼ਿਲ੍ਹਾ ਸਿੱਖਿਆ ਅਫਸਰਾਂ ਨੂੰ ਅਤੇ ਸਮੂਹ ਪ੍ਰਿੰਸੀਪਲਾਂ ਨੂੰ ਅਤੇ ਸਮੂਹ ਬਲਾਕ ਪ੍ਰਾਇਮਰੀ ਅਫਸਰਾਂ ਨੂੰ ਇਹ ਨੋਟਿਸ ਹੈ ਜਿਹੜਾ ਜਾਰੀ ਕੀਤਾ ਗਿਆ ਜੀ। ਵਿਸ਼ਾ ਕੀ ਹੈ ਜੀ? ਵਿਸ਼ਾ ਹੈ ਬਦਲੀ ਦੇ ਹੁਕਮ ਰੱਦ ਕਰਨ 'ਤੇ ਡੀ ਬਾਰ ਦੀ ਸ਼ਰਤ ਸੰਬੰਧੀ, ਠੀਕ ਹੈ ਜੀ। ਸੋ ਅੱਗੇ ਇਹਦੇ 'ਚ ਲਿਖਿਆ ਹੋਇਆ ਜੀ, ਤੁਸੀਂ ਇੱਥੇ ਵੇਖ ਸਕਦੇ ਹੋ, ਉਪਰੋਕਤ ਵਿਸ਼ੇ ਦੇ ਸੰਬੰਧ ਵਿੱਚ ਲਿਖਿਆ ਜਾਂਦਾ ਹੈ ਕਿ ਵਿਭਾਗ ਵੱਲੋਂ 2021 ਦੌਰਾਨ ਜਿਹੜੇ ਅਧਿਆਪਕਾਂ ਦੀਆਂ ਬਦਲੀਆਂ ਕੀਤੀਆਂ ਗਈਆਂ ਨੇ। ਸੋ ਇਹਨਾਂ ਵਿੱਚੋਂ ਕਈ ਅਧਿਆਪਕਾਂ ਵੱਲੋਂ ਵੱਖ ਵੱਖ ਕਾਰਨ ਦਿੰਦੇ ਹੋਏ ਆਪਣੀ ਬਦਲੀ ਦੇ ਹੁਕਮ ਰੱਦ ਕਰਵਾਉਣ ਲਈ ਮੁੱਖ ਦਫ਼ਤਰ ਨੂੰ ਬੇਨਤੀਆਂ ਕੀਤੀਆਂ ਗਈਆਂ, ਜਾਂ ਜਿਸ 'ਤੇ ਕਾਰਵਾਈ ਕਰਦੇ ਹੋਏ ਵਿਭਾਗ ਵੱਲੋਂ ਕੇਵਲ ਉਹਨਾਂ ਅਧਿਆਪਕਾਂ ਦੀਆਂ ਬਦਲੀਆਂ ਰੱਦ ਕੀਤੀਆਂ ਗਈਆਂ ਨੇ ਜਿਨ੍ਹਾਂ ਦੀ ਅਸਾਮੀ ਜਿਸ ਤੋਂ ਬਦਲੀ ਹੋਈ ਹੈ ਅਤੇ ਅਜੇ ਵੀ ਖਾਲੀ ਹੈ ਅਤੇ ਵਾਧੂ ਨਹੀਂ ਹੈ, ਅਤੇ ਨਾਲ ਹੀ ਇਹ ਸ਼ਰਤ ਲਗਾਈ ਗਈ ਹੈ ਕਿ ਇਹ ਅਧਿਆਪਕ ਅਗਲੇ 3 ਸਾਲ ਲਈ ਬਦਲੀ ਲਈ ਡਿਬਾਰ ਕੀਤੇ ਜਾਂਦੇ ਹਨ। ਸੋ ਅੱਗੇ ਲਿਖਿਆ ਹੋਇਆ ਜੀ, ਵਿਭਾਗ ਨੂੰ ਵੱਖ ਵੱਖ ਅਧਿਆਪਕਾਂ ਵੱਲੋਂ ਜਿਹੜਾ ਹੈ ਬੇਨਤੀ ਕੀਤੀ ਗਈ ਹੈ ਕਿ ਬਦਲੀਆਂ ਦੀ ਪ੍ਰਕਿਰਿਆ ਔਨਲਾਈਨ ਹੈ ਅਤੇ ਉਹਨਾਂ ਵੱਲੋਂ ਜਿਸ ਸਟੇਸ਼ਨ 'ਤੇ ਬਦਲੀ ਹੋਈ ਹੈ ਉਹ ਗਲਤੀ ਨਾਲ ਭਰਿਆ ਗਿਆ ਅਤੇ ਜਿਸ 'ਤੇ ਉਹ ਜਾਣਦੇ ਇੱਛੁਕ ਨਹੀਂ ਨੇ, ਸੋ ਇੱਕੋ ਨਾਮ ਦੇ ਦੋ ਸਕੂਲ ਹੋਣ ਕਾਰਨ ਉਹਨਾਂ ਵੱਲੋਂ ਉਹ ਸਟੇਸ਼ਨ ਭਰਿਆ ਗਿਆ ਅਤੇ ਜਿਸ 'ਤੇ ਉਹ ਬਦਲੀ ਕਰਵਾਉਣ ਦੇ ਇੱਛੁਕ ਨਹੀਂ ਨੇ। ਸੋ ਇਸ ਨਾਲ ਇਹ ਵੀ ਪਾਇਆ ਗਿਆ ਕਿ ਜਿਨ੍ਹਾਂ ਅਧਿਆਪਕਾਂ ਨੇ ਬਦਲੀ ਰੱਦ ਕਰਵਾਈ ਹੈ ਉਹਨਾਂ ਵਿੱਚੋਂ ਕਈ ਅਣਵਿਆਹੀਆਂ ਲੜਕੀਆਂ, ਨਵ ਵਿਆਹਤਾਂ ਅਧਿਆਪਕਾਂ ਅਤੇ ਕੁਝ ਹੈਂਡੀਕੈਪ ਅਧਿਆਪਕ ਵੀ ਨੇ। ਸੋ ਅੱਗੇ 'ਚ ਲਿਖਿਆ ਹੋਇਆ ਜੀ, ਉਪਰੋਕਤ ਨੂੰ ਮੁੱਖ ਰੱਖਦੇ ਹੋਏ ਵਿਭਾਗ ਵੱਲੋਂ ਬਦਲੀ ਰੱਦ ਕਰਵਾਉਣ ਦੀ ਜਿਹੜੀ ਡੀ ਬਾਰ ਦੀ ਸ਼ਰਤ ਹੈ ਜੀ, ਉਹ ਉਸ ਬਾਰੇ ਮੁੜ ਹਮਦਰਦੀ ਨਾਲ ਵਿਚਾਰ ਕਰਦੇ ਹੋਏ ਇਹ ਫੈਸਲਾ ਕੀਤਾ ਗਿਆ ਹੈ ਕਿ ਸਾਲ 2021 ਦੌਰਾਨ ਜਿਨ੍ਹਾਂ ਅਧਿਆਪਕਾਂ ਨੇ ਬਦਲੀ ਰੱਦ ਕਰਵਾਈ ਹੈ ਉਹਨਾਂ ਦੀ ਬਦਲੀ ਰੱਦ ਕਰਾਉਣ ਦੇ ਹੁਕਮਾਂ ਦੇ ਵਿੱਚ ਬਦਲੀਆਂ ਲਈ ਅਗਲੇ 3 ਸਾਲਾਂ ਦੀ ਜਿਹੜੀ ਡਿਬਾਰ ਦੀ ਸ਼ਰਤ ਕੀਤੀ ਗਈ ਹੈ ਉਹ ਹਟਾਈ ਜਾਂਦੀ ਹੈ ਇੱਥੇ ਜੀ, ਠੀਕ ਹੈ ਜੀ। ਸੋ ਇਹ ਇੱਥੇ ਜਿਹੜੀ ਹੈ ਅਪਡੇਟ ਹੈ, ਅਤੇ ਡਾਇਰੈਕਟਰ ਸਿੱਖਿਆ ਭਰਤੀ ਵਿਭਾਗ ਦੇ ਤੁਸੀਂ ਸਿਗਨੇਚਰ ਵੇਖ ਸਕਦੇ ਹੋ ਅੱਜ ਦੀ ਇਹ ਜਿਹੜੀ ਹੁਣੇ ਇਹ ਨੋਟਿਸ ਜਿਹੜਾ ਜਾਰੀ ਕੀਤਾ ਗਿਆ ਜੀ। ਸੋ ਇਹ ਸੀ ਲੇਟੈਸਟ ਅਪਡੇਟ ਜੀ, ਅਤੇ ਇਸੇ ਤਰ੍ਹਾਂ ਦੀਆਂ ਹੋਰ ਅਪਡੇਟਸ ਲਈ ਤੁਸੀਂ ਜੁੜੇ ਰਹੋ ਸਾਡੇ YouTube ਚੈਨਲ ਨਾਲ, ਅਤੇ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰਿਓ ਜੀ। ਸੋ ਵੀਡੀਓ ਵੇਖਣ ਲਈ ਥੈਂਕ ਯੂ ਜੀ, ਧੰਨਵਾਦ।